ਅਸਲਾਮ ਅਲੈਕਮ ਦੋਸਤੋ ਮੈਂ ਆ ਸ਼ਾਹਦ ਮਨੀਰ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਜ਼ੁਹਾਨ ਫੈਂਸੀ ਹੈਂਸ ਉਮੀਦ ਕਰਦਾ ਕਿ ਸਾਰੇ ਵੀਰ ਬਰਾ ਖੈਰ ਵਾਫੀਅਤ ਨਾਲ ਹੋਣਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਸਵੇ ਮਮੂਲ ਸਾਰੇ ਦੋਸਤਾਂ ਨੂੰ ਰਿਕਵੈਸਟ ਆ ਪੀਐਸ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ੁਹਾਨ ਫੈਂਸੀ ਹੈਂਸ ਫੈਮਿਲੀ ਦਾ ਹਿੱਸਾ ਬਣੋ ਵੀਰੋ ਆ ਆਪਣਾ ਪਲੇ ਮਾਉਥ ਰੋਕ ਮੁਰਗੀਆਂ ਦਾ ਸੈਟ ਲੇ ਮਾਊਥਰੋਕ ਅਮਰੀਕਾ ਦੇ ਵਿੱਚ ਪਾਈ ਜਾਣ ਵਾਲੀ ਮੁਰਗੀਆਂ ਦੀ ਸਭ ਤੋਂ ਕਦੀਮ ਨਸਲ ਆ ਇਹ ਉਹੀ ਮੁਰਗੀਆ ਜਿਹੜੀ ਦੂਸਰੀ ਜੰਗ-ਏ-ਅਜ਼ੀਮ ਤੋਂ ਪਹਿਲਾਂ ਹਰ ਜਗ੍ਹਾ ਪਾਈ ਜਾਂਦੀ ਸੀ ਤੇ ਉਸ ਵਕਤ ਦੇ ਲੋਕ ਲੋਕਾਂ ਲਈ ਗੋਸ਼ਟ ਤੇ ਆਂਡਿਆਂ ਦੀ ਪੈਦਾਵਾਰ ਦਾ ਬੁਨਿਆਦੀ ਜ਼ਰੀਆ ਸੀ ਇਸ ਮੁਰਗੀ ਦੇ ਵਿੱਚ ਦੋ ਖੂਸੀਅਤਾਂ ਸੀ ਇੱਕ ਤਾਂ ਵਾਫਰ ਮਿਕਦਾਰ ਦੇ ਵਿੱਚ ਗੋਸ਼ਟ ਤੇ ਦੂਸਰੀ ਆਂਡਿਆਂ ਦੀ ਪੈਦਾਵਾਰ ਇਸ ਲਈ ਲੋਕੀ ਇਹਨਾਂ ਨੂੰ ਸ਼ੌਕ ਨਾਲ ਪਾਲਦੇ ਸੀ ਤਾਂ ਗਵਰਨਮੈਂਟ ਵੀ ਇਸ ਨਸਲ ਦੀ ਸਪੋਰਟ ਕਰਦੀ ਸੀ ਕਿਉਂਕਿ ਜੰਗ ਦੇ ਵਿੱਚ ਲੜਦੇ ਫੌਜੀਆਂ ਦੀ ਖੁਰਾਕ ਦਾ ਮناسب ਬੰਦੋਬਸਤ ਕਰਨਾ ਹੁੰਦਾ ਸੀ ਇਸ ਵਜ੍ਹਾ ਦੇ ਨਾਲ ਹਜ਼ਾਰਾਂ ਲੋਕਾਂ ਨੇ ਇਹਨਾਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਇਹ ਮੁਰਗੀਆਂ 8 ਤੋਂ 12 ਹਫ਼ਤੇ ਦੇ ਵਿੱਚ ਜਵਾਨ ਹੋ ਜਾਂਦੀਆਂ ਨੇ ਤੇ ਖਾਣ ਦੇ ਕਾਬਿਲ ਹੋ ਜਾਂਦੀਆਂ ਨੇ ਤੇ 5 ਮਹੀਨਿਆਂ ਬਾਅਦ ਇਹ ਅੰਡੇ ਦੇਣਾ ਸ਼ੁਰੂ ਕਰ ਦਿੰਦੀਆਂ ਨੇ ਇਹਦਾ ਮੁਰਗਾ ਤਕਰੀਬਨ 3 ਤੋਂ 4 ਕਿਲੋ ਦਾ ਹੋ ਜਾਂਦਾ ਹੈ ਤੇ ਮੁਰਗੀ ਤਕਰੀਬਨ 2 ਤੋਂ 2.5 ਕਿਲੋ ਤੱਕ ਆਪਣਾ ਵਜ਼ਨ ਕਰ ਲੈਂਦੀ ਹੈ। ਇਹ ਮੁਰਗੀ ਆਪਣੀ ਜਸਾਮਤ ਦੀ ਵਜ੍ਹਾ ਦੇ ਨਾਲ ਛੋਟੀ ਮੋਟੀ ਬਿਮਾਰੀਆਂ ਦਾ ਸ਼ਿਕਾਰ ਵੀ ਨਹੀਂ ਹੁੰਦੀ। ਇਸ ਦਾ ਅੰਡਾ ਮੁਰਗੀ ਦੇਸੀ ਮੁਰਗੀ ਜਿਹੜੀ ਆ ਉਹਦੇ ਅੰਡੇ ਦੇ ਸਾਈਜ਼ ਤੋਂ ਤੋਂ ਵੱਡਾ ਹੁੰਦਾ ਹੈ ਤੇ ਅੰਡੇ ਦੇਣ ਦੀ ਰੇਸ਼ੋ ਵੀ ਦੇਸੀ ਮੁਰਗੀ ਨਾਲੋਂ ਜ਼ਿਆਦਾ ਆ। ਜੇ ਆਪਾਂ ਬਿਜ਼ਨਸ ਦੇ ਪੁਆਇੰਟ ਆਫ View ਦੇ ਹਿਸਾਬ ਨਾਲ ਦੇਖੀਏ ਤਾਂ ਇਹਨਾਂ ਦਾ ਮੌਸਮ ਸਟਾਰਟ ਹੋ ਗਿਆ ਹੈ ਜੇ ਤੁਸੀਂ ਇਸ ਮੌਸਮ ਦੇ ਵਿੱਚ ਇਸ ਬਰੀਡ ਦੇ ਚਿਕਸ ਰੱਖਦੇ ਹੋ ਤਾਂ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਇਹ ਆਂਡੇ ਦੇਣਾ ਸ਼ੁਰੂ ਕਰ ਦੇਣੀ ਹੈ ਤੇ ਜੇ ਮੇਰੇ ਕਿਸੇ ਵੀ ਨੂੰ ਇਹਨਾਂ ਦੇ ਚਿਕਸਾਂ ਦੀ ਜ਼ਰੂਰਤ ਹੋਵੇ ਤਾਂ ਇਹਨਾਂ ਦੇ ਚਿਕਸ ਸਾਡੇ ਕੋਲੋਂ ਮਿਲ ਜਾਣਗੇ ਮناسب ਰੇਟ ਤੇ ਤੇ ਜੇ ਕਿਸੇ ਮੀ ਮੇਰੇ ਵੀਰ ਕੋਲ ਆਪਣਾ ਇਨਕਿਊਬेटर ਹੈਗਾ ਤੇ ਉਹਨੂੰ ਫਰਟਾਈਲ ਅੰਡੇ ਦੀ ਜ਼ਰੂਰਤ ਹੋਵੇ ਤਾਂ ਉਹ ਵੀ ਮਿਲ ਜਾਣਗੇ ਮੇਰਾ ਨੰਬਰ ਜਿਹੜਾ ਹੈਗਾ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਇਸ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ WhatsApp ਵੀ ਕਰ ਸਕਦੇ ਹੋ ਦੋਨੋਂ ਸਹੂਲਤਾਂ ਮੌਜੂਦ ਨੇ ਇਸ ਨੰਬਰ ਤੇ ਤੇ ਵੀਰੋ ਅੱਜ ਦੀ ਵੀਡੀਓ ਚ ਬਸ ਇੰਨੀ ਸਦਾ ਹੱਸਦੇ ਰਹੋ ਤੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੇਰਾ ਸੈਟਅਪ ਕਿਸ ਤਰ੍ਹਾਂ ਦਾ ਲੱਗਿਆ ਕਮੈਂਟਸ ਕਰਕੇ ਜ਼ਰੂਰ ਦੱਸਿਓ ਅੱਲਾ ਹਾਫਿਜ਼